ਲੈਣੀ ਮਿਲਦੀ ਆ ਗਈ ਆ ਸਤਿ ਸ਼੍ਰੀ ਅਕਾਲ ਕਿੰਨੀ ਸੋਹਣੀ ਲੱਗ ਰਹੀ ਆ ਸਤਿ ਸ਼੍ਰੀ ਅਕਾਲ ਬੋਤ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਲ ਆ ਜਾ ਬੋਤ ਆ ਜਾ ਆ ਜਾ ਬੋਤ ਬੈਠ ਜਾ ਮੈਂ ਪੁੱਤ ਪਾਣੀ ਲੈ ਕੇ ਆਉਣੀ ਆ ਹਾਂ ਬੈਠੋ ਤੁਸੀਂ ਉਹ ਸੁਣਾਓ ਪੁੱਤ ਠੀਕ ਠਾਕ ਹੈ ਪਰਿਵਾਰ ਸਾਰਾ ਹਾਂਜੀ ਸਭ ਠੀਕ ਠਾਕ ਜੀ ਤੁਸੀਂ ਸੁਣਾਓ ਆਪਣਾ ਕਿਦਾਂ ਠੀਕ ਠਾਕ ਜੀ ਹਾਂ ਠੀਕ ਆ ਪੁੱਤ ਆਪਣਾ ਵੀ ਅਸੀਂ ਤਾਂ ਸਵੇਰ ਦੀਆਂ ਢਾੜੀਆਂ ਰਵਾਂ ਵੇਖਣ ਦੇ ਸੀ ਤੇ ਲੇਟ ਬੜੇ ਹੋ ਗਏ ਕੀ ਗੱਲ ਸੀ ਡੈਡ ਜੀ ਕੁਛ ਨਹੀਂ ਬਸ ਤੁਰਦੇ ਸੀ ਸਵੇਰੇ ਸਖਤੇ ਹੀ ਪੈਣਾ ਸੀ ਤੇ ਉਹ ਫਿਰ ਕੋਈ ਕੰਮ ਪੈ ਗਿਆ ਸੀ ਇਹਨਾਂ ਨੂੰ ਤੇ ਉਧਰ ਨੂੰ ਚੱਲ ਗਏ ਉਹ ਚੱਲ ਕੋਈ ਗੱਲ ਨਹੀਂ ਹੋਰ ਮੰਮੀ ਡੈਡੀ ਠੀਕ ਆ ਪਿੰਡ ਹਾਂਜੀ ਹਾਂਜੀ ਡੈਡੀ ਜੀ ਸਭ ਠੀਕ ਠਾਕ ਆ ਤੁਸੀਂ ਸੁਣਾਓ ਆਪਣਾ ਉਹ ਤੇ ਪੁੱਤ ਤੁਹਾਡੀ ਗੱਲ ਠੀਕ ਆ ਤੇ ਮੰਮੀ ਡੈਡੀ ਨਾਲ ਲੈ ਆਉਣਾ ਹੈ ਡੈਡ ਜੀ ਤੁਹਾਨੂੰ ਕਹਿ ਤੇ ਗਈ ਸੀ ਕਿ ਇਹਨਾਂ ਨੂੰ ਸਵੇਰੇ ਕੰਮ ਪੈ ਗਿਆ ਸੀ ਤੇ ਉਹ ਵੀ ਨਾਲ ਹੀ ਗਏ ਸੀ ਅੱਛਾ 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 ਹਾਂਜੀ ਤਾਂ ਕਰਕੇ ਅਸੀਂ ਤੇ ਟਾਈਮ ਕੱਢ ਕੇ ਆਏ ਆ ਲੈ ਪੁੱਤ ਅਜੇ ਬਾਜੂ ਤੁਸੀਂ ਨਹੀਂ ਨਹੀਂ ਮੈਂ ਪਹਿਲਾਂ ਚਾਹ ਬਣਾ ਲਿਆਵਾਂ ਤੇ ਨਾਲੇ ਮੈਂ ਪਰਮ ਨੂੰ ਆਜ ਦਵਾਂ ਮੰਮੀ ਚਾਹ ਬਾਅਦ ਚ ਬਣਾ ਲਿਓ ਬੈਠੋ ਥੋੜਾ ਟਾਈਮ ਨਹੀਂ ਪੁੱਤ ਫਿਰ ਆਰਾਮ ਨਾਲ ਬਹਿ ਕੇ ਗੱਪਾਂ ਸ਼ੱਪਾਂ ਮਾਰਾਂਗੇ ਹੁਣ ਇਹ ਕਿ ਨਾਲੇ ਤੇਰੇ ਵੀਰ ਨੂੰ ਆਜ ਮਾਰਨੀ ਤੈਨੂੰ ਮਿਲ ਲੈਂਦਾ ਆ ਕੇ ਠੀਕ ਆ ਨਾ ਚਲੋ ਠੀਕ ਹਾਏ ਹਾਏ ਨੀ ਮਾੜੀ ਕਿਸਮਤ ਅੰਤਰੀ ਕਿੰਨੇ ਚਿਰ ਦੀ ਕਹਿ ਕੇ ਗਈ ਆ ਉੱਠ ਕੇ ਤਿਆਰ ਜੀ ਹੋ ਕੇ ਤੇ ਬਾਹਰ ਆ ਜੀ ਪਰੌਣੇ ਆ ਜਾਣੇ ਆ ਪਰ ਇਹਨੂੰ ਕੀ ਲੱਗੇ ਇਹ ਤਾਂ ਹੁਣ ਲੱਗ ਗਿਆ ਸਹੁਰਾ ਦੇ ਮਗਰ ਵੀ ਉੱਠ ਤਾਂ ਵੇਖਾਂ ਹੁਣ ਕਿੱਦਾਂ ਨੀਂਦਰਾਂ ਆਈਆਂ ਇਹਨੂੰ ਕੀ ਹੋ ਗਿਆ ਮੰਮੀ ਨਾ ਕੁਛ ਨਹੀਂ ਹੋ ਗਿਆ ਮੈਨੂੰ ਤੈਨੂੰ ਕਿੰਨੇ ਚਿਰ ਦੀ ਕਹਿ ਕੇ ਗਈ ਆ ਵੀ ਤੇਰੀ ਭੈਣ ਨੇ ਆਉਣਾ ਹੈ ਉੱਠ ਕੇ ਤੇ ਤਿਆਰ ਕਿਉਂ ਹੋ ਜੀ ਤੇ ਪਿਆ ਕਿਉਂ ਮੈਨੂੰ ਇਹ ਦੱਸ ਪਹਿਲਾਂ ਉਹ ਮੇਰੀ ਦਾੜ ਦੁਖਣ ਡਈ ਆ ਮੈਂ ਤਾਂ ਪਿਆ ਲੰਮੇ ਅੱਜ ਤੇਰੀ ਦਾੜ ਦੁਖਣੀ ਆ ਮੈਨੂੰ ਪਤਾ ਤੇਰੀ ਦਾੜ ਦਾ ਕਰਨੀ ਆ ਫਾਂਡਾ ਦਾੜ ਦੁਖਦੀ ਏ ਤੇਰੀ ਵੇ ਮੇਰੀ ਗੱਲ ਸੁਣ ਤੇਰੇ ਕੋਈ ਅਸਰ ਨਹੀਂ ਹੁੰਦਾ ਵੀ ਮੇਰੀ ਮਾਂ ਕੀ ਕਹਿ ਕੇ ਗਈ ਆ ਤੇ ਕੀ ਹੋ ਗਿਆ ਕੱਪੜੇ ਚੰਗੇ ਭਲੇ ਤੇ ਕੱਪੜੇ ਪਾਏ ਮੈਂ ਇਹਨਾਂ ਨੂੰ ਕੀ ਹੋ ਗਿਆ ਭਲੇ ਪਾਏ ਆ ਜਵਾਈ ਪਾਈ ਆ ਪਹਿਲੀ ਵਾਰੀ ਆਇਆ ਵਾ ਕੀ ਸੋਚੂਗਾ ਕਿ ਕੱਲਾ ਕੱਲਾ ਇਹਦਾ ਵੀਰ ਅਗਰ ਮਿਲਣ ਵੀ ਨਹੀਂ ਆਇਆ ਗਾੜੀ ਤੁਸੀਂ ਪਾਣੀ ਤਾਂ ਨਹੀਂ ਪੀਆ ਲਓ ਚਾਹ ਪਾਣੀ ਪੀਆ ਲਓ ਮੈਂ ਆਣਾ ਕੋਈ ਗੱਲ ਨਹੀਂ ਮੈਂ ਪਾਣੀ ਤਾਂ ਨਹੀਂ ਪਿਆਤਾ ਵਾ ਉੱਠ ਕੇ ਨਾ ਬੰਦਿਆਂ ਨੂੰ ਤੇ ਮਿਲ ਕੇ ਆ ਉਹਨੂੰ ਉਹ ਪੜਿਆ ਲਿਖਿਆ ਪਰਿਵਾਰ ਵਾ ਤੇਰੇ ਸਹੁਰਿਆਂ ਮਰ ਗਏ ਨੀਗੇ ਕਿ ਜਿੱਦਾਂ ਮਰਜ਼ੀ ਆਣ ਕੇ ਬਹਿ ਜਾਣ ਤੇ ਉੱਠ ਕੇ ਚੱਲ ਜਾਣ ਠੀਕ ਆ ਨਾ ਮੈਂ ਚਾਹ ਧਰੀ ਆ ਪਾਣੀ ਪੁਣੀ ਮੈਂ ਪਿਆਣਾ ਹੀ ਆ ਮੈਂ ਤਾਂ ਵੀਕਣ ਦੀ ਮੈਂ ਹੁਣ ਵੀ ਹੁੰਦਾ ਇਹ ਨੀਂਦਾਂ ਨਹੀਂ ਪੂਰੀਆਂ ਹੋਣੀਆਂ ਡੈਡੀ ਨੂੰ ਕਹਿ ਦੇਣਾ ਸੀ ਉਹਨਾਂ ਲੱਗੇ ਬਾਈਂਦਾ ਡੈਡੀ ਤੇਰੇ ਬਹਿ ਗਏ ਆ ਡੈਡੀ ਨੂੰ ਪਤਾ ਮੇਰਾ ਧੀ ਇਹ ਤੇ ਮੇਰਾ ਜਵਾਈ ਆ ਤੈਨੂੰ ਤੇ ਨਹੀਂ ਨਾ ਹੈਗਾ ਮੇਰੀ ਭੈਣ ਆਈ ਆ ਪਹਿਲੀ ਵਾਰੀ ਚਲੋ ਜਾ ਕੇ ਮੈਂ ਵੀ ਮਿਲਦਾ ਉੱਠ ਉੱਠ ਛੇਤੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਕਿਦਾਂ ਵਧੀਆ ਠੀਕ ਠਾਕ ਆ ਤੁਸੀਂ ਦੱਸੋ ਕਿਦਾਂ ਲੱਗ ਗਿਆ ਟਾਈਮ ਟਾਈਮ ਤੇ ਭਾਈ ਕਾਹਦਾ ਲੱਗਣਾ ਜੀ ਦਾੜ ਹੀ ਦੁਹੰਡੀ ਮੇਰੀ ਤੇ ਮੈਂ ਦਵਾਈ ਕਾ ਕੇ ਸੁੱਤਾ ਸੀ ਤੇ ਸੁੱਤਿਆ ਸੁੱਤਿਆ ਤੁਸੀਂ ਆ ਗਏ ਜੀ ਹੋਰ ਭਾਈ ਤੁਸੀਂ ਦੱਸੋ ਕਿਦਾਂ ਕੰਮ ਕਾਰ ਵਧੀਆ ਚੱਲਦਾ ਠੀਕ ਠਾਕ ਪਰਿਵਾਰ ਸਾਰਾ ਹਾਂਜੀ ਕੰਮ ਠੀਕ ਠਾਕ ਸਭ ਕਿਰਪਾ ਬਾਬੇ ਦੀ ਚਲੋ ਵਧੀਆ ਗੱਲ ਆ ਭਾਜੀ ਕਿਰਪਾ ਹੀ ਚਾਹੀਦੀ ਹੈ ਰੱਬ ਦੀ ਤੇ ਹੋਰ ਦੀਦੀ ਕਿਦਾਂ ਠੀਕ ਠਾਕ ਲੱਗਾ ਸਹੁਰੇ ਦਿਲ ਕੇ ਨਹੀਂ ਬੜਾ ਵਧੀਆ ਲੱਗਾ ਜੀ ਜੀ ਨਹੀਂ ਲੱਗਣਾ ਇੱਥੇ ਤਾਂ ਤੂੰ ਸਤਾਉਂਦਾ ਰਹਿਣਾ ਹੁੰਦਾ ਸੀ ਮੈਨੂੰ ਤੇ ਉੱਥੇ ਸਗੋਂ ਸਾਰੇ ਵਧੀਆ ਮੇਰੇ ਨਾਲ ਰਾਜਵੀਰ ਪੁੱਤ ਮੇਰੇ ਲੱਗ ਗਈ ਇੱਕ ਮਿੰਟ ਚਲੋ ਠੀਕ ਆ ਤੁਸੀਂ ਕਰੋ ਡੈਡੀ ਜੀ ਨਾਲ ਗੱਲਬਾਤ ਮੈਂ ਮੰਮੀ ਕੋਲ ਹੋ ਕੇ ਆਉਂਦੀ ਹਾਂ ਆਜਾ ਆਜਾ ਇੱਥੇ ਬਹਿ ਮਿਲ ਧੀ ਮੰਮੀ ਤੁਸੀਂ ਮੈਨੂੰ ਅੰਦਰ ਲੈ ਆਈ ਹੋ ਚਾਹ ਨਹੀਂ ਤੇਰੀ ਨੀ ਚਾਹ ਮੈਂ ਤਾਂ ਆਈ ਹਾਂ ਕੋਈ ਗੱਲ ਨਹੀਂ ਚਾਹ ਵੀ ਬਣਾ ਲੈਂਦੇ ਹਾਂ ਮੈਂ ਆਪਣੀ ਧੀ ਨਾਲ ਗੱਲਾਂ ਬਾਤਾਂ ਤੇ ਕਰ ਲਾ ਪਹਿਲਾਂ ਨੀ ਬੜਾ ਸੋਹਣਾ ਸੂਟ ਲੱਗਣ ਡਿਆ ਇਹ ਇੱਧਰ ਦਾ ਨਹੀਂ ਗਾ ਫਿਰ ਉੱਧਰ ਦਾ ਹੀ ਆ ਉੱਧਰ ਦਾ ਵਾ ਅੱਛਾ ਤਾਂ ਕੱਪ ਤੇਰੀ ਸੱਸ ਨੇ ਬਣਾ ਕੇ ਦਿੱਤੇ ਹਾਂਜੀ ਉਹਨਾਂ ਨੇ ਘਰ ਪਾਉਣ ਨੂੰ ਬਣਾ ਕੇ ਦਿੱਤੇ ਤੇ ਜਿਹੜਾ ਆਪਣਾ ਸੈਟ ਹੀ ਸਾਂਭ ਲਿਆ ਨਾ ਚੰਗੀ ਤਰ੍ਹਾਂ ਹਾਂ ਮੈਂ ਸਾਂਭ ਲਿਆ ਇਹ ਨਾ ਹੋਵੇ ਪਿੱਦਾ ਆਪਣੀ ਸੱਸ ਨੂੰ ਫੜਾ ਦੇ ਮੁੜ ਕੇ ਨਹੀਂ ਮਿਲਦਾ ਹੁੰਦਾ ਨਹੀਂ ਨਹੀਂ ਮੈਂ ਸਾਂਭਿਆ ਮੈਂ ਨਹੀਂ ਦਿੱਤਾ ਵੇਖਾਂ ਕਿੰਨਾ ਸੋਹਣਾ ਚੂੜਾ ਲੱਗਣ ਡਿਆ ਮੇਰੀ ਧੀ ਨੂੰ ਹੈ ਕਿੰਨੀ ਸੋਹਣੀ ਲੱਗਣ ਡਈ ਮੇਰੀ ਧੀ ਸੱਚੀ ਗੱਲ ਆ ਮੇਰੇ ਮਨ ਨੂੰ ਧੀ ਸੋਹਣੀ ਲੱਗਦੀਆਂ ਹੁੰਦੀਆਂ ਇਹ ਤਾਂ ਗੱਲ ਹੈ ਹੀ ਹੈ ਵਾ ਪਰ ਜਿਹੜਾ ਚਾਹ ਮੈਨੂੰ ਚੜਿਆ ਨਾ ਤੇ ਵੇਖ ਕੇ ਆਪਣੀ ਜਵਾਈ ਵੱਲ ਤੇ ਆਪਣੀ ਧੀ ਵੱਲ ਸੱਚੀ ਗੱਲ ਆ ਰੱਬ ਹੀ ਜਾਣਦਾ ਵਾ ਤੇ ਮੇਰੀ ਗੱਲ ਸੁਣ ਜੀ ਕਿਦਾਂ ਦੇ ਸਾਰੇ ਮੰਮੀ ਬਾਕੀ ਸਾਰੇ ਤੇ ਠੀਕ ਆ ਤੇ ਆ ਜਿਹੜਾ ਮੇਰੇ ਲਈ ਲੱਭਿਆ ਜੇ ਇਹ ਤੇ ਬਹੁਤਾ ਹੀ ਆਕੜ ਵਾਲਾ ਵਾ ਤੇ ਨਹੀਂ ਕਿੱਥੇ ਆਕੜ ਆ ਮੈਂ ਤਾਂ ਭੋਲਾ ਜਿਹਾ ਲੱਗਣ ਡਿਆ ਆਹੋ ਭੋਲਾ ਜਿਹਾ ਲੱਗਣ ਡਿਆ ਵਾ 4 ਦਿਨ ਨਾਲ ਰਹੋਗੇ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਕਿੱਦਾਂ ਦਾ ਵਾ ਨਹੀਂ ਚੱਲ ਕੋਈ ਗੱਲ ਨਹੀਂ ਪਿਆਰ ਦੇ ਨਾਲ ਨਾ ਰਹਿਦਾ ਹੁੰਦਾ ਵਾ ਠੀਕ ਆ ਨਾ ਸਾਰਿਆਂ ਨੂੰ ਆਪਣੇ ਵਸ ਚ ਕਰ ਲਈਦਾ ਵਾ ਨਹੀਂ ਬਾਕੀ ਪਰਿਵਾਰ ਤੇ ਬੜਾ ਵਧੀਆ ਵਾ ਪਰ ਇਹ ਆ ਕਿ ਪੜ੍ਹੇ ਲਿਖੇ ਜ਼ਿਆਦਾ ਇੰਗਲਿਸ਼ ਬੜੀ ਬੋਲਦੇ ਆ ਤੇ ਮੇਰੀ ਨਨਾਣ ਉਹ ਤੇ ਜ਼ਿਆਦਾ ਹੀ ਕੁਝ ਬੋਲਦੀ ਜਿੱਦਾਂ ਕੈਨੇਡਾ ਚ ਆਈ ਹੁੰਦੀ ਮੈਂ ਆਪਦੇ ਲਾਗੇ ਘੱਟ ਹੀ ਬੈਠੀ ਹਾਂ
ਕਰਤੀ ਏ ਜੇ ਤੂੰ ਮੇਰੀ ਗੱਲ ਮੰਨ ਲੈਂਦੀ ਤੇ ਚਾਰ ਅੱਖਰ ਪੜ੍ਹ ਲੈਂਦੀ ਤੈਨੂੰ ਤਾਂ ਵੱਢਦੀ ਰਹੀ ਮੈਂ ਵੱਢਦੀ ਰਹੀ ਵੀ ਪੜ੍ਹਨਾ ਤਾਂ ਤੈਨੂੰ ਤੇਰੇ ਤਾਂ ਦਿਮਾਗ ਤੇ ਕਿਤੇ ਪਤਾ ਨੀ ਕੀ ਛਾਇਆ ਹੈਗਾ ਸਾਰਾ ਦਿਨ ਟੀਵੀ ਦੇ ਗਾੜੀ ਸਾਰਾ ਦਿਨ ਮੋਬਾਈਲ ਦੇ ਉੱਤੇ ਹੁਣ ਪਤਾ ਲੱਗਦਾ ਨਾ ਪੜ੍ਹਾਈ ਕੀ ਚੀਜ਼ ਹੁੰਦੀ ਆ ਪੜ੍ਹਾਈ ਪਤਾ ਤੇ ਲੱਗਦਾ ਹੀ ਆ ਉਦੋਂ ਤੁਹਾਡੀਆਂ ਚੁਗਲੀਆਂ ਨਹੀਂ ਮੁੱਕਦੀਆਂ ਹੁੰਦੀਆਂ ਸਾਰਾ ਦਿਨ ਬਸ ਉਧਰ ਧਿਆਨ ਲੈਣਾ ਮੇਰਾ ਆਹੋ ਮੈਂ ਚੁਗਲੀਆਂ ਕਰਦੀ ਸੀ ਹੁਣ ਸਹੁਰੇ ਘਰ ਨਾ ਚੁਗਲੀਆਂ ਕਰੀ ਜਾ ਕੇ ਵਸੀਂਦਾ ਹੁੰਦਾ ਵਾ ਚੰਗਾ ਮੈਂ ਕਦੀਆਂ ਚੁਗਲੀਆਂ ਕਰਨੀਆਂ ਉੱਥੇ ਜਾ ਕੇ ਕਿਤੇ ਨਾ ਕਰਨੀ ਗੱਲ ਸੁਣ ਅੱਜ ਰਾਤ ਰਹਿਣਾ ਹੀ ਆ ਮੰਮੀ ਰਾਤ ਉਹ ਜਿਹੜਾ ਵਾ ਉਹਨੇ ਵੇਖਣਾ ਮੇਰੇ ਵੱਲ ਔਖਾ ਔਖਾ ਕੋਈ ਜ਼ਰੂਰੀ ਕੰਮ ਆ ਉਹਨੇ ਰਹਿਣ ਦੇਣਾ ਤੇ ਜੇ ਹੋਊਗਾ ਨਾ ਤੇ ਸਾਹਮਣੇ ਕਿਉਂ ਮੈਂ ਤੇ ਕਹਿਣਾ ਹੀ ਕਹਿਣਾ ਇਹ ਕਿਹੜੀ ਗੱਲ ਵਾ ਮੇਰੀ ਧੀ ਪਹਿਲੀ ਵਾਰੀ ਆਈ ਆ ਮੈਂ ਜਾਣ ਦਿੰਦੀ ਹਾਂ ਮੈਂ ਤਾਂ ਰਾਤ ਦਾ ਰੋਟੀ ਪਾਣੀ ਵੀ ਬਣਾ ਕੇ ਰੱਖ ਲਿਆ ਵਾ ਮੈਂ ਚੱਲ ਦੋਵੇਂ ਮਾਵਾਂ ਧੀਆਂ ਗੱਪਾਂ ਸ਼ੱਪਾਂ ਮਾਰਾਂਗੇ ਰਾਤ ਨੂੰ ਠੀਕ ਆ ਨਾ ਉਹ ਤੇ ਮੈਨੂੰ ਘਰੋਂ ਹੀ ਕਹਿਣ ਡਿਆ ਸੀ ਕਹਿੰਦਾ ਛੇਤੀ ਆ ਜਾਣਾ ਵਾ ਤੇ ਤੁਸੀਂ ਉਹਦੇ ਸਾਹਮਣੇ ਬਾਰ ਬਾਰ ਕਿਉਂ ਕੀ ਪਤਾ ਰਹੇ ਕੋਈ ਨੀ ਮੈਂ ਕਹਿੰਦੀ ਹਾਂ ਨਾ ਮੈਨੂੰ ਘਰ ਡਰ ਪਿਆ ਇਹਦਾ ਇਹ ਕਿਹੜੀ ਗੱਲ ਵਾ ਦੱਸ ਜੇ ਮੈਂ ਨਾ ਵੀ ਕਰੂੰਗੀ ਤਾਂ ਵੀ ਪੁੱਛੀਓਗੀ ਨਹੀਂ ਕੋਈ ਨੀ ਮੈਂ ਪੁੱਛ ਲੂੰਗੀ ਹੋਰ ਸਭ ਠੀਕ ਠਾਕ ਆ ਨਾ ਹਾਂ ਸਾਰੇ ਵਧੀਆ ਬੜੇ ਵਧੀਆ ਮੰਮੀ ਵੀ ਬੜੀ ਵਧੀਆ ਡੈਡੀ ਵਧੀਆ ਸਾਰੇ ਬੜੇ ਵਧੀਆ ਚੱਲ ਹੁਣ ਤੂੰ ਵੀ ਵਧੀਆ ਹੋ ਗਈ ਚੰਗਾ ਆਹੋ ਆਪਣਾ ਵਸੇਬਾ ਆਪ ਹੀ ਕਰੀਦਾ ਹੁੰਦਾ ਵਾ ਹਾਂਜੀ ਮਿੱਠੇ ਪਿਆਰੇ ਹੋ ਕੇ ਰਹੀਦਾ ਹੁੰਦਾ ਠੀਕ ਹੈ ਨਾ ਮਿੱਠੇ ਬਣ ਕੇ ਭਾਵੇਂ ਕਿਹਨੂੰ ਸਾਰਾ ਹੀ ਖਾ ਲਓ ਠੀਕ ਹੈ ਨਾ ਤੇ ਕੌੜੀ ਜ਼ਬਾਨ ਨਾ ਭੋਲੀ ਕਿਤੇ ਨਹੀਂ ਫਿਰ ਇਹ ਨਾ ਹੋਵੇ ਕਿਤੇ ਉੱਥੇ ਵੀ ਤੇਰੇ ਵੇਖਣ ਵੀ ਕਿੱਦਾਂ ਬੋਲਦੀ ਆ ਤੇ ਕਿੱਦਾਂ ਨਹੀਂ ਪੜ੍ਹੀ ਤਾਂ ਅੱਗੇ ਹੋਣੀ ਕੀ ਆ ਤੂੰ ਨਹੀਂ ਨਹੀਂ ਮੰਮੀ ਇੰਨੀ ਵੀ ਨਹੀਂ ਅਨਪੜ੍ਹ ਮੈਂ ਜਿੱਦਾਂ ਤੁਸੀਂ ਕਰਦੇ ਹੋ ਉਹ ਪੜ੍ਹਿਆ ਲਿਖਿਆ ਟੱਬਰ ਵਾ ਸਾਰਾ ਤੇ ਫਿਰ ਮੈਂ ਤਾਂ ਹੀ ਉਦਾਂ ਦੇ ਲੱਭਣੇ ਹੀ ਨਾ ਜਿੱਦਾਂ ਦੀ ਮੈਂ ਵਾ ਫਿਰ ਇਦਾਂ ਕਿਤਾ ਲੱਭ ਲੈਂਦੀ ਉਦਾਂ ਦੇ ਸਾਡਾ ਵੀ ਟੌਰ ਵਾ ਟੌਰ ਹੀ ਵੇਖਿਆ ਆਪਣਾ ਮੈਂ ਭਾਵੇਂ ਤਾਂ ਨੱਕ ਕਟਾਉਂਦੀ ਰਵਾਂ ਆਪਣੀ ਨਹੀਂ ਕੁਝ ਨਹੀਂ ਹੁੰਦਾ ਤੈਨੂੰ ਮੰਮੀ ਇੰਨਾ ਨੇ ਮੈਨੂੰ ਗੱਲ ਦੱਸੋ ਭਾਬੀ ਤੇ ਲੱਗਾ ਪਤਾ ਕੁਛ ਨਹੀਂ ਉਹਦਾ ਕੀ ਪਤਾ ਲੱਗਣਾ ਵਾ ਅਸੀਂ ਤਾਂ ਉਹਦੇ ਨੰਬਰ ਹੀ ਬਲੌਕ 'ਚ ਪਾਤੇ ਆ ਨਾ ਉਹਦਾ ਫੋਨ ਆਵੇ ਨਾ ਜਾਵੇ ਬਸ ਨਾ ਸਾਨੂੰ ਉਹਦੇ ਨਾਲ ਕੋਈ ਮਤਲਬ ਹੀ ਆ ਜਦੋਂ ਅਸੀਂ ਰਿਸ਼ਤਾ ਹੀ ਤੋੜਤਾ ਤੇ ਗੱਲ ਕਾਹਦੀ ਮੈਂ ਤਾਂ ਤੇਰੇ ਭਰਾਵਾਂ ਤੇ ਕੁੜੀ ਵੇਖਣ ਡਈ ਆ ਅੱਛਾ ਹੋਰ ਕੀ ਮੈਨੂੰ ਵੀ ਦੱਸ ਦਿਆ ਕਰੋ ਫੋਨ ਵੀ ਇੱਕ ਘੰਟੀ ਉਹਨਾਂ ਦੇ ਸਾਹਮਣੇ ਫੜਦੀ ਡਰਦੀ ਵੀ ਕਿਤੇ ਕੁਝ ਕਹਿਣ ਨਹੀਂ ਮੈਂ ਵੀ ਗੱਲ ਨਹੀਂ ਨਾ ਕਰਦੀ ਕੋਈ ਮੈਂ ਫੋਨ ਦੇ ਬਾਹਰ ਆਵਾਜ਼ ਸੁਣ ਜਾਂਦੀ ਆ ਤੇ ਐਵੇਂ ਨਵਾਂ ਨਵਾਂ ਕੰਮ ਐਵੇਂ ਕੋਈ ਗੱਲ ਹੋ ਜੂਗੀ ਜਦੋਂ ਤੇਰਾ ਆਪਣਾ ਫੋਨ ਹੋ ਜੂਗਾ ਨਾ ਫਿਰ ਗੱਲਾਂ ਦੱਸਿਆ ਕਰੂੰਗੀ ਤੈਨੂੰ ਮੈਂ ਨਹੀਂ ਨਹੀਂ ਫਿਰ ਤੇ ਮੈਂ ਤੁਹਾਡੇ ਨਾਲ ਹੀ ਗੱਲਾਂ ਕਰਨ ਲੱਗੀ ਰਿਹਾ ਕਰਨਾ ਤੇ ਹਾਂ ਤੇ ਆਪਾਂ ਨੇ ਕੀ ਲਿਆਉਣੀ ਹੁਣ ਅਸੀਂ ਹੁਣ ਵਿਆਹ ਕਰਨਾ ਦੂਜਾ ਇਹਦਾ ਉਹ ਦੱਸਾਂ ਕੀ ਗੱਲ ਸੀ ਮੇਰੀ ਸੱਸ ਨਹੀਂ ਸੀ ਠੀਕ ਤੇ ਉਹ ਭਾਜੀ ਤੁਹਾਨੂੰ ਪਤਾ ਫਿਰ ਦੋ ਚਾਰ ਦਿਨ ਛੱਡ ਗਿਆ ਉੱਥੇ ਹਾਂਜੀ ਕੋਈ ਨਹੀਂ ਆ ਜੂ ਕੋਈ ਆਪੇ ਕੋਈ ਗੱਲ ਨਹੀਂ ਥੋੜੇ ਕਿ ਦਿਨਾਂ ਤੱਕ ਆ ਜਾਣਾ ਉਹਨੇ ਚਲੀ ਰਾਜੂ ਫਿਰ ਚਲੋ ਉਹ ਮੇਰੀ ਗੱਲ ਸੁਣੀ ਤੇ ਤੁਹਾਡਾ ਰਾਤ ਦਾ ਇੰਤਜ਼ਾਮ ਕਰਕੇ ਬੈਠੇ ਤੁਸੀਂ ਚੱਲ ਵੀ ਪੈਣ ਲੱਗੇ ਜੇ ਇਹਦੇ ਨਹੀਂ ਜਾਣਾ ਲੱਗੀ ਆ ਨਾ ਸਮਝ ਇੱਥੇ ਹੀ ਰਹਿਣਾ ਵਾ ਤਿੰਨ ਚਾਰ ਦਿਨ ਤੇ ਮੈਂ ਕਿਤੇ ਵੀ ਨਹੀਂ ਜਾਣ ਦੇਣਾ ਤੁਹਾਨੂੰ ਤੁਸੀਂ ਕਿੱਦਾਂ ਕਹਿਤਾ ਵੀ ਚਲੋ ਚੱਲੀਏ ਇਹ ਨਹੀਂ ਗੱਲ ਬਣਨੀ ਤੁਹਾਡੀ ਨਹੀਂ ਮੰਮੀ ਜੀ ਬੜਾ ਹੀ ਜ਼ਰੂਰੀ ਕੰਮ ਆ ਕੋਈ ਗੱਲ ਨਹੀਂ ਫੇਰ ਕਿਸੇ ਦਿਨ ਆਵਾਂਗੇ ਫੇਰ ਰਵਾਂਗੇ ਚਲੋ ਠੀਕ ਆ ਪੁੱਤ ਜਿੱਦਾਂ ਤੁਹਾਡੀ ਮਰਜ਼ੀ ਪਰ ਇੱਕ ਗੱਲ ਵਾ ਮੈਂ ਰੋਟੀ ਬਣਾਉਣੀ ਰੋਟੀ ਖਾ ਕੇ ਜਾਇਓ ਇਦਾਂ ਨਹੀਂ ਮੈਂ ਜਾਣ ਦੇਣਾ ਮੰਮੀ ਜੀ ਨਹੀਂ ਨਹੀਂ ਲੇਟ ਹੋ ਜਾਣਾ ਰੋਟੀ ਖਾਂਦਿਆਂ ਹੀ ਤੇ ਜ਼ਰੂਰੀ ਕੰਮ ਆ ਰਾਜ ਸਾਨੂੰ ਤੇ ਕੋਈ ਗੱਲ ਨਹੀਂ ਤੁਹਾਨੂੰ ਕਿਹਾ ਨਾ ਫੇਰ ਕਿਸੇ ਦਿਨ ਆਵਾਂਗੇ ਚੰਗਾ ਧੀਏ ਮੈਂ ਕੀ ਕਹਿਣਾ ਹੁਣ ਮੇਰਾ ਕਾਹਦਾ ਜ਼ੋਰ ਵਾ ਹੁਣ ਤੂੰ ਸਹੁਰਿਆਂ ਵਾਲੀ ਹੋ ਗਈ ਆ ਚੱਲ ਕੋਈ ਗੱਲ ਨਹੀਂ ਮੈਂ ਤਾਂ ਰੋਟੀ ਤਿਆਰ ਕੀਤੀ ਸੀਗੀ ਪਰ ਛੇਤੀ ਆਇਓ ਮੁੜ ਕੇ ਚੰਗਾ ਚੰਗਾ ਡੈਡੀ ਚਲੋ ਠੀਕ ਆ ਚੰਗਾ ਭਾਜੀ ਫਿਰ ਧਿਆਨ ਰੱਖਿਓ ਚੰਗਾ ਚੰਗਾ ਜੀ ਚੰਗਾ ਮਾਰੋ ਫਿਰ ਛੇਤੀ ਫਿਰ ਹੈ ਆਓ ਆ ਜਾ ਪੁੱਤ ਬਹਿ ਜਾ ਇੱਥੇ ਮੇਰੀ ਤੇ ਜਾਨ ਨੂੰ ਬੜਾ ਹੀ ਰਾਮ ਆ ਮੈਂ ਤੇ ਕਹਿੰਦੀ ਜਿੰਨੀ ਧੀ ਮੇਰੀ ਸੌਖੀ ਆ ਨਾ ਉਹਨਾਂ ਤਾਂ ਕੋਈ ਹੁਣਾ ਹੀ ਨਹੀਂਗਾ ਤੇ ਜਵਾਈ ਜਵਾਈ ਨਾ ਚੰਗਾ ਤੇ ਪੜ੍ਹਿਆ ਲਿਖਿਆ ਵੇਖ ਕਿੰਨਾ ਵਾ ਹੈ ਕਿਤੇ ਹੈਗੀ ਬੋ ਮਜਾਜ ਮਾਸਾ ਮੰਮੀ ਜੀ ਮੈਂ ਉਹਨਾਂ ਦੇ ਬੋਲਣ ਤੋਂ ਹੀ ਤਰੀਕਾ ਲਾ ਲਿਆ ਸੀ ਕਿ ਵੇਖੋ ਕਿੰਨੇ ਸੋਹਣੇ ਬੋਲਦੇ ਆ ਪੜ੍ਹੇ ਲਿਖੇ ਬੰਦੇ ਦਾ ਇਹੋ ਫਰਕ ਹੁੰਦਾ ਵਾ ਪਰ ਤੂੰ ਅੱਜ ਗਲਤੀ ਕਰਤੀ ਨਾ ਟਾਈਮ ਨਾ ਜਾਂਦਾ ਆਉਂਦਿਆਂ ਨੂੰ ਮਿਲਦਾ ਤੇ ਪਤਾ ਕਿੱਡਾ ਵਧੀਆ ਪ੍ਰਭਾਵ ਪੈਂਦਾ ਵਾ ਹੁਣ ਤੂੰ ਲੇਟ ਗਿਆ ਵਾ ਤੇ ਤੈਨੂੰ ਸੁਣਾਤਾ ਹੀ ਉਹਨੇ ਸੁਣਾ ਤੇ ਦਿੱਤਾ ਮੰਮੀ ਪਰ ਮੇਰੀ ਦਾੜ ਬੜੀ ਦੁਖਣ ਡਈ ਮੈਂ ਵੀ ਕੀ ਕਰਦਾ ਮੈਂ ਤੇ ਦਵਾਈ ਖਾ ਕੇ ਤੁਹਾਨੂੰ ਪਤਾ ਸੁੱਤਾ ਵਾ ਨਹੀਂ ਤੇ ਮੈਂ ਸੁਣਦਾ ਹੀ ਨਹੀਂ ਵੇਟ ਦੇ ਮੈਂ ਕਦੋਂ ਦੀ ਕਾਂਡਿਆ ਉਹਨਾਂ ਦਾ ਬੈਠਾ ਇਹ ਤੇ ਗੱਲ ਤੇਰੀ ਠੀਕ ਵਾ ਇਹ ਤਾਂ ਤੈਨੂੰ ਪਤਾ ਜਾਂ ਮੈਨੂੰ ਪਤਾ ਵਾ ਉਹਨੂੰ ਤਾਂ ਨਹੀਂ ਨਾ ਪਤਾ ਠੀਕ ਆ ਨਾ ਅਗਲੇ ਨੇ ਕਹਿਣਾ ਨੀਗਾ ਵੀ ਮੈਂ ਪਹਿਲੀ ਵਾਰੀ ਆਇਆ ਵਾ ਹੈ ਤੇ ਸਾਲਾ ਮੇਰਾ ਬਾਹਰ ਹੀ ਨਹੀਂ ਨਿਕਲਿਆ ਗਲਤੀ ਮਾੜੀ ਆ ਨਾ ਪੁੱਤ ਗਲਤੀ ਤੇ ਹੈਗੀ ਮੇਰੀ
ਚੱਲ ਕੋਈ ਗੱਲ ਨਹੀਂ ਹੁਣ ਪਹਿਲੀ ਵਾਰ ਗਲਤੀ ਜਿਹੜੀ ਹੋ ਗਈ ਹੋ ਗਈ ਹੁਣ ਗਾਂ ਤੋਂ ਗਲਤੀ ਨਾ ਕਰੀ ਚੰਗਾ ਨਹੀਂ ਨਹੀਂ ਗਾਂ ਤੋਂ ਨਹੀਂ ਕੋਈ ਮੌਕਾ ਮਿਲਦਾ ਆਹੋ ਤੇ ਉਹ ਨਾ ਪੁੱਛਣ ਦੀ ਸੀ ਰਾਜਵੀਰ ਤੇਰੀ ਘਰ ਦੀ ਵੱਲੋਂ ਅੱਛਾ ਆਹੋ ਅਸੀਂ ਲੈ ਭਾਵੀ ਦਾ ਆਇਆ ਕੋਈ ਫੋਨ ਫਾਨ ਮੈਂ ਕਿਹਾ ਜਦੋਂ ਆਪਾਂ ਫੋਨ ਹੀ ਬਲੌਕ ਕਰ ਛੱਡੇ ਉਹਦੇ ਤੇ ਆਉਣਾ ਕਿੱਥੇ ਆ ਤੇ ਜਾਣਾ ਕਿੱਥੇ ਆ ਦੱਸ ਤਾਂ ਨਹੀਂ ਦਿੱਤਾ ਕੋਈ ਮੈਂ ਕੀ ਦੱਸਣਾ ਮੈਂ ਦੱਸਦਾ ਵਾ ਮੈਂ ਕਿਹਾ ਤਾਂ ਸੀਗਾ ਵੀ ਹੁਣ ਆਪਾਂ ਕੁੜੀ ਲੱਭਣ ਡਏ ਆ ਤੇ ਵਿਆਹ ਕਰ ਦੇਣਾ ਉਹਦਾ ਦੂਜਾ ਆਪਾਂ ਨਹੀਂ ਲਿਆਉਣੀ ਉੱਥੋਂ ਰਹਿਣ ਦੇ ਦਫਾ ਹੋਈ ਰਹਿੰਦੇ ਉੱਥੇ ਕੀ ਕਹਿੰਦੀ ਆਂਦੇ ਚਲੋ ਠੀਕ ਹੈ ਚੰਗਾ ਵਾ ਸਗੋਂ ਆਂਦੀ ਆਪਣੀ ਮਰਜ਼ੀ ਕਰ ਲਓ ਤੇ ਮੈਨੂੰ ਦੱਸ ਦਿਓ ਹੁਣ ਬਹੁਤਾ ਫੋਨ ਨਹੀਂ ਲੰਦੀ ਸੋਰੇ ਉਹਦੇ ਮੈਂ ਇੱਕੋ ਹੀ ਫੋਨ ਵਾ ਇਹਦੇ ਘਰ ਵਾਲੇ ਕੋ ਤੇ ਉੱਤੇ ਲਾਵਾਂ ਤੇ ਕੀਤਾ ਹੁੰਦਾ ਕਿਤੇ ਬਾਹਰ ਆਵਾਜ਼ ਨਾ ਸੁਣਦੀ ਹੋਵੇ ਆਏ ਉਹ ਗੱਲ ਮੈਂ ਘੱਟ ਹੀ ਗੱਲਬਾਤ ਕਰਨੀ ਹੈ ਨਾਲ ਨਹੀਂ ਵਧੀਆ ਕੀਤਾ ਤੁਸੀਂ ਆਵਾਜ਼ ਮਾਰ ਕੇ ਲੈ ਗਏ ਉੱਥੇ ਗੱਲਾਂ ਕਰ ਲਈਆਂ ਸਾਰੀਆਂ ਮੈਂ ਕਿਹਾ ਚੱਲ ਮੇਰੀ ਧੀ ਆ ਵਸ ਜੇ ਨਾ ਤਾਂ ਵਾ ਹਾਂ ਨਹੀਂ ਬਿਲਕੁਲ ਠੀਕ ਆ ਤੈਨੂੰ ਪਤਾ ਹੀ ਆ ਕਿ ਪੜ੍ਹੀ ਲਿਖੀ ਵੀ ਨਹੀਂਗੀ ਬਹੁਤੀ ਤੇ ਆਂਦੀ ਮੇਰੀ ਨਨਾਣ ਜਿਹੜੀ ਆ ਨਾ ਤੇ ਪਟਰ ਪਟਰ ਅੰਗਰੇਜ਼ੀ ਬੋਲਦੀ ਆ ਤੇ ਮੈਂ ਕਿਹਾ ਮੈਂ ਕਿਹਾ ਜੇ ਤੇਰਾ ਦਿਮਾਗ ਹੁੰਦਾ ਫੁੱਤੀਏ ਤੇ ਤੂੰ ਵੀ ਪੜ੍ਹ ਲੈਂਦੀ ਚਾਰ ਅੱਖਰ ਮੰਮੀ ਜੀ ਉਹ ਟੱਬਰ ਤੇ ਸਾਰਾ ਬਾਹਰੋਂ ਆਇਆ ਉਹਨਾਂ ਦਾ ਆਹੋ ਜਿੱਦਾਂ ਰਿਸ਼ਤਾ ਕਰਨ ਗਏ ਨਹੀਂ ਉਦੋਂ ਨਹੀਂ ਵੇਖਿਆ ਚੱਲ ਹੈਗੀ ਜਵਾਨ ਆ ਸੋਹਣੀ ਆ ਤੇ ਪਸੰਦ ਆ ਗਈ ਉਹਨਾਂ ਨੂੰ ਤੇ ਵਿੱਚ ਦੀ ਹੁੰਦੀ ਤੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਆਉਂਦਾ ਜਾਂਦਾ ਖੇਵ ਨਹੀਂ ਨੂੰ ਚੱਲ ਨਹੀਂ ਆਉਂਦਾ ਜਾਂਦਾ ਹੁਣ ਕੀ ਕਰਨਾ ਆਹੋ ਤੇ ਮੈਂ ਕਿਹਾ ਚੱਲ ਪਿਆਰ ਦੇ ਨਾਲ ਆਪਣਾ ਸੇਵਾ ਕਰ ਲੈ ਹੁਣ ਆਪੇ ਚਲੋ ਫਿਰ ਤੁਸੀਂ ਬੈਠੋ ਇੱਥੇ ਹਾਂ ਸ਼ੁਕਰ ਆ ਮਾਲਕਾ ਮੇਰੀ ਧੀ ਆਪਣੇ ਘਰ ਸੁਖੀ ਆ ਕਿੰਨਾ ਚੰਗਾ ਜਵਾਈ ਮਿਲਿਆ ਮੈਨੂੰ ਭਾਵੇਂ ਧੁੱਪੇ ਬਿਠਾ ਦਿਓ ਤੇ ਭਾਵੇਂ ਛਾਵੇਂ ਬਿਠਾ ਦਿਓ ਕਿਤੇ ਕੂਣਾ ਵਿਚਾਰੇ ਨੇ ਰੱਬ ਦੇ ਨਾਂ ਵਾਲਾ ਵਾ ਤੇ ਇੱਕ ਕਲੰਕ ਜਿਹੜਾ ਅੰਤਰਾ ਮੇਰੇ ਚੰਬੜਿਆ ਮਗਰ ਪਿਆ ਮੈਂ ਤੇ ਕਹਿੰਦੀ ਹਾਂ ਕਿਤੇ ਮੇਰਾ ਪਿੱਛਾ ਛੱਡ ਦੇ ਹੁਣ ਤੇ ਮੇਰੇ ਪੁੱਤ ਦਾ ਹੋ ਜੇ ਦੂਜਾ ਵਿਆਹ ਤੇ ਮੈਂ ਵੀ ਸੁੱਖ ਦੀ ਨੀਂਦ ਸੌਵਾਂ ਮੁੜ ਕੇ ਹਾਂ ਨਹੀਂ ਨਹੀਂ ਠੀਕ ਆ ਨੀ ਕੁੜੀ ਅੱਜ ਹੀ ਆਈ ਸੀਗੀ ਨੀ ਕਿਤੇ ਇੰਨੀ ਸੋਹਣੀ ਲੱਗੇ ਕਿਤੇ ਚੂੜਾ ਪਾਇਆ ਸੱਜਿਆ ਉਹਨੂੰ ਕਿਤੇ ਕਿਤੇ ਗੱਲ ਨਹੀਂ ਕਰਨ ਵਾਲੀ ਫੋਟੋ ਹਾਏ ਹਾਏ ਨੀ ਆ ਫੋਟੋ ਲਾਉਣੀ ਭੁੱਲ ਗਈ ਉਹ ਮੈਂ ਆਹੋ ਇੰਨੀ ਸੱਜਣ ਡਈ ਪ੍ਰਾਹੁਣੇ ਦੇ ਨਾਲ ਐਡਾ ਜਵਾਨ ਪ੍ਰਾਹੁਣਾ ਤੇ ਇੰਨੀ ਸੋਹਣੀ ਮੇਰੀ ਧੀ ਲੱਗੇ ਨਾਲ ਸੱਜੇ ਕਿਤੇ ਜੋੜੀ ਆਹੋ ਆਹੋ ਨਹੀਂ ਮੈਂ ਤਾਂ ਸੱਚੀ ਗੱਲ ਵਾ ਇੰਨੀ ਖੁਸ਼ ਹਾਂ ਨਾ ਮੈਂ ਤੈਨੂੰ ਦੱਸ ਨਹੀਂ ਸਕਦੀ ਹਾਂ ਕੋਈ ਨਹੀਂ ਆਉਣਗੇ ਤੇਰੇ ਕੋਲ ਵੀ ਆਹੋ ਕਰ ਲਈ ਫੋਨ ਤੂੰ ਆ ਜਾਣਗੇ ਫਿਰ ਕੀ ਆ ਮਾਸੀ ਆ ਤੂੰ ਆਹੋ ਆਹੋ ਠੀਕ ਵਾ ਹਾਂ ਹੋਰ ਵਧੀਆ ਠੀਕ ਠਾਕ ਨਹੀਂ ਨਹੀਂ ਰੋਟੀ ਨਹੀਂ ਖਾਧੀ ਪ੍ਰਾਹੁਣਾ ਆਉਂਦਾ ਸੀ ਕੰਮ ਆ ਮੈਨੂੰ ਕੋਈ ਤੈਨੂੰ ਪਤਾ ਨਾ ਪੜ੍ਹੇ ਲਿਖੇ ਬੜੇ ਆ ਫਿਰ ਕੋਈ ਨਾ ਕੋਈ ਕੰਮ ਤੇ ਇਹੋ ਜਿਹਾ ਰਹਿੰਦਾ ਰਹਿੰਦਾ ਵਾ ਆਹੋ ਤੇ ਫਿਰ ਮੈਂ ਵੀ ਨਹੀਂ ਬਹੁਤਾ ਕਿਹਾ ਮੈਂ ਕਿਹਾ ਚੱਲ ਨਵਾਂ ਨਵਾਂ ਵਿਆਹ ਵਾ ਤੇ ਕਾਹਨੂੰ ਕਹਿਣਾ ਵਾ ਹਨਾ ਨਹੀਂ ਕੁੜੀ ਤੇ ਮੈਨੂੰ ਕਹਿੰਦੀ ਸੀਗੀ ਵੀ ਮੰਮੀ ਨੂੰ ਜ਼ੋਰ ਲਾਵੀ ਪਰ ਮੈਂ ਨਹੀਂ ਜ਼ਿਆਦਾ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਦੂਜੀ ਵਾਰ ਆਊਗਾ ਨਾ ਤੇ ਫਿਰ ਜ਼ੋਰ ਲਾ ਕੇ ਰੱਖੂੰਗੀ ਹਾਂ ਕੌਣ ਨੌ ਨਹੀਂ ਦਫਾ ਕਰਕੇ ਇਹਦਾ ਨਾਂ ਲੈ ਲਿਆ ਹੀ ਹਾਂ ਐਡਾ ਵਧੀਆ ਮੂਡ ਹੋਇਆ ਸੀਗਾ ਸਾਰਾ ਹੀ ਖਰਾਬ ਕਰਤਾ ਹੋਰ ਕੀ ਕੋਈ ਸਵਾਦ ਦੀ ਗੱਲ ਵੀ ਕਰ ਲਿਆ ਕਰ ਦਫਾ ਕਰਨੀ ਉਹਨੂੰ ਹਾਂ ਮੈਂ ਨਹੀਂ ਕਰਨਾ ਫੋਨ ਉਹਨੂੰ ਮੈਂ ਕਿ ਲਿਆਉਣਾ ਰੱਖੋ ਮਹਾਂ ਤੇ ਕਢਾਉਣ ਲਈ ਹੈ ਬਲਾ ਹਾਂ ਦਫਾ ਹੋਈ ਰਹਿੰਦੇ ਉੱਥੇ ਹੁਣ ਨਹੀਂ ਨਹੀਂ ਕਰੀਏ ਵਿਆਹ ਮੁੰਡੇ ਦਾ ਹੁਣ ਕੇ ਆਹੋ ਕੋਈ ਮੇਰੇ ਘਰ ਵਿੱਚ ਅੱਜ ਸਵਾਦ ਦੀ ਨਹੁੰ ਆ ਜੇ ਤੇ ਮੈਂ ਵੀ ਚਾਰ ਦਿਨ ਤੇਰੇ ਸੁੱਖ ਦੇ ਲੱਲਾਂ ਹਾਂ ਜੀਣਾ ਹੀ ਹਰਾਮ ਹੋਇਆ ਸੀ ਕਿਤੇ ਕੁੜੀ ਵੱਲੋਂ ਤਾਂ ਮੈਨੂੰ ਬਥੇਰਾ ਸੁੱਖ ਵਾ ਤੇ ਹੁਣ ਪੁੱਤ ਵੱਲੋਂ ਵੀ ਹੋ ਜੇ ਨਾ ਤੇ ਫਿਰ ਗੱਲ ਬਣਦੀ ਆ ਚੱਲ ਠੀਕ ਆਈ ਫਿਰ ਚੰਗਾ ਰੱਖਦੀ ਹਾਂ ਚੱਲ ਜਿਹਨੂੰ ਕੀ ਕਰੀ ਜਾਂਦੀ ਆ ਕੁਛ ਨਹੀਂ ਬਸ ਸਫਾਈ ਕਰਨ ਡਈ ਸੀਗੀ ਅੱਛਾ ਤੁਹਾਨੂੰ ਪਤਾ ਤਾਂ ਹੈ ਵਾ ਜਦੋਂ ਦੀ ਕੁੜੀ ਵਿਆਹਤੀ ਹੈ ਸਫਾਈਆਂ ਸਫਾਈਆਂ ਸਾਰੇ ਕੰਮ ਨੂੰ ਆਪ ਹੀ ਕਰਨੇ ਪੈਂਦੇ ਹੁਣ ਇਹ ਤੇ ਗੱਲ ਹੈਗੀ ਆ ਹਾਂ ਆਇਆ ਫੋਨ ਫਾਨ ਠੀਕ ਠਾਕ ਆਹ ਕੀਤਾ ਸੀ ਇੱਕ ਦਿਨ ਮੈਂ ਅੱਛਾ ਪਰ ਬਹੁਤਾ ਫੋਨ ਨਹੀਂ ਮੈਂ ਕਰਦੀ ਹਾਂ ਮੈਨੂੰ ਇਹ ਆ ਵੀ ਨਵਾਂ ਸਮਾਂ ਕੰਮ ਵਾ ਤੇ ਪਰੌਣੇ ਕੋ ਫੋਨ ਹੁੰਦਾ ਵਾ ਤੇ ਮੈਂ ਬਾਰ ਬਾਰ ਕਰਦੀ ਚੰਗੀ ਨਹੀਂ ਲੱਗਦੀ ਕਹਿਣਾ ਤੇ ਮੈਨੂੰ ਵੱਡ ਵੱਡ ਖਾ ਲਿਆ ਵਾ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਉਹਨੂੰ ਮੈਂ ਕੁੜੀ ਨੂੰ ਕਿਹਾ ਸੀ ਮੈਂ ਆਪੇ ਕਰ ਲਿਆ ਕਰਦੇ ਤੇ ਜੀ ਕਰਦਾ ਹੁੰਦਾ ਮੈਂ ਘੱਟ ਹੀ ਕਰਦੀ ਹੁੰਦੀ ਹਾਂ ਪਰ ਇੱਕ ਗੱਲ ਵਾ ਜਿੱਦਣ ਆਈ ਸੀ ਨਾ ਉਹ ਦਿਨ ਮੈਂ ਉਹਨੂੰ ਕਮਰੇ 'ਚ ਖੜ ਕੇ ਪੁੱਛਿਆ ਸੀ ਸਾਰਾ ਕੁਛ ਤੇ ਮੈਨੂੰ ਕਹਿੰਦੀ ਸੀ ਵੀ ਮੰਮੀ ਬੜਾ ਹੀ ਵਧੀਆ ਸਾਰਾ ਕੁਛ ਵੀ ਸਾਰਾ ਟੱਬਰ ਹੀ ਬੜਾ ਵਧੀਆ ਵਾ ਤੇ ਬਾਕੀ ਇੱਕ ਗੱਲ ਪੜ੍ਹੇ ਲਿਖੇ ਆ ਸਾਰੇ ਠੀਕ ਆ ਨਾ ਤੇ ਚੱਲ ਸਾਡੀ ਕਿਸਮਤ ਚੰਗੀ ਆ ਸਾਡੀ ਧੀ ਸੌਖੀ ਆ ਉਹ ਚੱਲ ਜਾਣਾ ਨਾਲੇ ਦਾ ਵੀ ਟਾਈਮ ਸੌਖਾ ਲੰਘ ਜੂਗਾ ਹੋਰ ਕੀ ਠੀਕ ਨਹੀਂ ਮੈਨੂੰ ਤਾਂ ਬੜੀ ਖੁਸ਼ੀ ਆ ਗੱਲ ਦੀ ਚਲੋ ਤੇ ਚੱਲ ਜਾਣ ਨੂੰ ਆਰਾਮ ਹੋਵੇ ਚੱਲ ਵਧੀਆ ਵਾ ਜਿਹਦੀ ਧੀ ਸੁਖੀ ਉਹਦਾ ਕੁੱਲ ਸੁਖੀ ਠੀਕ ਆ ਨਾ ਬੰਦੇ ਤੇ ਵੇਖਣ ਨੂੰ ਵਧੀਆ ਲੱਗਦੇ ਆ ਹਨਾ ਨਹੀਂ ਨਹੀਂ ਵੇਖਿਆ ਜਵਾਈ ਕਿਤੇ ਹੁੰਦਾ ਨਹੀਂ ਕਿਤੇ ਵੱਧ ਵਾਧੂ ਇੱਕ ਗੱਲ ਕੀਤੀ ਉਹਨੇ ਹੈ ਜਿੰਨੀ ਕਿ ਗੱਲ ਪੁੱਛਦੇ ਸੀ ਉਹਨਾਂ ਕ ਜਵਾਬ ਦਿੰਦਾ ਸੀ ਨਾ ਚੰਗਾ ਤੂੰ ਆਪਣੀ ਜ਼ਬਾਨ ਅੰਦਰ ਰੱਖੀ ਇੱਥੋਂ ਵਾਲੇ ਕੰਮ ਨਾ ਛੱਡੀ ਨਹੀਂ ਮੈਂ ਤੇ ਕਿਹਾ ਸੀਗਾ ਮੈਂ ਹੁਣ ਤੇਰੇ ਹੱਥ ਵਾਸੀ ਆ ਵਸਣਾ ਵਾ ਠੀਕ ਆ ਨਾ ਮਿੱਠੀ ਪਿਆਰੀ ਹੋ ਕੇ ਨਾ ਹੁਣ ਪੜ੍ਹਿਆ ਲਿਖਿਆ ਟੱਬਰ ਵਾ ਤੇ ਤੂੰ ਪੜ੍ਹੀ ਵੀ ਨਹੀਂ ਇੰਨੀ ਉਹ ਤੇ ਗੱਲ ਵਾ ਨਾ ਇਹਨੂੰ ਤੇ ਕੋਹ ਨਹੀਂ ਪਤਾ ਛਦਿਆਣ ਨੂੰ ਇਹਨੂੰ ਮੈਂ ਕਿੰਨਾ ਕਹਿੰਦੀ ਰਹੀ ਖੋਤੀ ਨੂੰ ਵੀ ਪੜ੍ਹ ਲਾ ਪਰ ਨਾ
ਕੋਈ ਕੰਮ ਤੇ ਜੂ ਨਹੀਂ ਸਕਦੀ ਨਾਲੇ ਇੱਕ ਚੱਲ ਨਾਲੇ ਇੱਕ ਚੰਗਾ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ ਸਾਰੀ ਉਮਰ ਦੀਆਂ ਰੋਟੀਆਂ ਵਾ ਕਿਸੇ ਗੱਲ ਦੀ ਹੁਣ ਕਮੀ ਨਹੀਂ ਉੱਥੇ ਗੱਲ ਤੇ ਵਾਕਿਆ ਤੁਹਾਡੀ ਸਹੀ ਆ ਤੇ ਮੈਂ ਤਾਂ ਸ਼ੁਕਰ ਕਰਨੀ ਮਾਰੇ ਦਾ ਕਿਤੇ ਲੱਖ ਲੱਖ ਵਾਰੀ ਵੀ ਮੇਰੀ ਧੀ ਸੌਖੀ ਆ ਬਸ ਸਾਨੂੰ ਹੁਣ ਕੁਝ ਨਹੀਂ ਚਾਹੀਦਾ ਠੀਕ ਆ ਨਾ ਬਸ ਪੁੱਤ ਦਾ ਵਾ ਥੋੜਾ ਜਿਹਾ ਮੈਨੂੰ ਰਹਿੰਦਾ ਮਨ ਦੇ ਵਿੱਚ ਚਲ ਉਹ ਵੀ ਪਰਮਾਤਮਾ ਤੇ ਠੀਕ ਕਰ ਹੀ ਦੇਊਗਾ ਉਹਦਾ ਕਹਦਾ ਵਾ ਤੈਨੂੰ ਸਭ ਕੁਝ ਠੀਕ ਠਾਕ ਤੇ ਹੈਗਾ ਵਾ ਸਾਰੇ ਤੇਰੇ ਕੰਮ ਹੋ ਗਏ ਹੁਣ ਸਾਲ ਲਿਆ ਕੁੜੀ ਨੂੰ ਹੁਣ ਇੱਥੇ ਘਰ ਕਰ ਚਲ ਕੋਈ ਨਹੀਂ ਲੈ ਆਉਨੇ ਆ ਹੈ ਚਲ ਮੈਂ ਚਾਹ ਕੁੱਟ ਬਣਾਵਾ ਹੈ ਮੁੰਡੇ ਨੂੰ ਕਰ ਕਹਿ ਉਹਨੂੰ ਫੋਨ ਕਰ ਉੱਥੇ ਕੋਈ ਗੱਲ ਨਹੀਂ ਆਹੋ ਸਾਰੇ ਕੰਮ ਤੰਦੇ ਹੋ ਗਏ ਆ ਤੇ ਫੇਰ ਵੀ ਕੁੜੀ ਆ ਜੇ ਉੱਥੇ ਆ